ਸ਼ੁਤਰਾਣਾ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਦੇ ਵੱਲੋਂ ਆਪਣੇ ਦਾਦਾ ਸਵਰਗਵਾਸੀ ਸਰਦਾਰ ਬਹਾਦਰ ਸਿੰਘ ਸਾਬਕਾ ਸਰਪੰਚ ਪਿੰਡ ਚਿੱਚੜਵਾਲਾ ਜੀ ਦੀ ਯਾਦ ਦੇ ਵਿੱਚ ਪਹਿਲਾ ਕਬੱਡੀ ਟੂਰਨਾਮੈਂਟ ਆਯੋਜਿਤ ਕੀਤਾ ਗਿਆ। ਕਬੱਡੀ ਟੂਰਨਾਮੈਂਟ ਪਾਤੜਾ ਦੇ 11 ਕਿਲਿਆਂ ਦੀ ਅਨਾਜ ਮੰਡੀ ਦੇ ਵਿੱਚੋਂ 12 ਜਨਵਰੀ ਨੂੰ ਇਹ ਕਰਵਾਇਆ ਜਾ ਰਿਹਾ ਹੈ, ਜਿਸ ਦੇ ਵਿੱਚ ਵੱਖ ਵੱਖ ਵਰਗ ਦੀਆਂ ਟੀਮਾਂ ਦੇ ਕਬੱਡੀ ਖਿਡਾਰੀ ਭਾਗ ਲੈਣਗੇ। ਵਧੀਆ ਪੋਜੀਸ਼ਨ ਲੈਣ ਵਾਲੀਆਂ ਟੀਮਾਂ ਨੂੰ ਵਿਸ਼ੇਸ਼ ਤੌਰ ਤੇ ਨਗਦ ਰਾਸ਼ੀ ਦੇ ਨਾਲ ਸਨਮਾਨਿਤ ਕੀਤਾ ਜਾਏਗਾ। ਹਲਕਾ ਸ਼ੁਤਰਾਣਾ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਵਿਧਾਇਕ ਨੇ ਅੱਜ ਦਿਨ ਵੀਰਵਾਰ ਨੂੰ ਸ਼ਾਮ 4 ਵਜੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਾ ਦੱਸਿਆ ਹੈ ਕਿ ਪੰਜਾਬ ਦੀ ਨੌਜਵਾਨੀ ਨੂੰ ਨਸ਼ੇ ਤੋਂ ਬਚਾਉਣ ਦੇ ਲਈ ਇਹ ਉਪਰਾਲਾ ਕੀਤਾ ਜਾ ਰਿਹਾ ਹੈ। ਉੱਥੇ ਹੀ ਪੰਜਾਬ ਸਰਕਾਰ ਦੇ ਵੱਲੋਂ ਵੀ ਖੇਡਾਂ ਨੂੰ ਪ੍ਰਫੁੱਲਿਤ ਕਰਨ ਦੇ ਲਈ ਉਪਰਾਲੇ ਕੀਤੇ ਜਾ ਰਹੇ ਹਨ। ਪਾਤੜਾ ਤੋਂ ਸਤਪਾਲ ਗਰਗ ਦੀ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਪਹਿਲੀ ਵਾਰ ਹੋ ਰਿਹਾ ਜੀ ਕਿ ਹਲਕਾ ਸ਼ੁਤਰਾਣਾ ਦੇ ਵਿੱਚ ਸ਼ਹਿਰ ਪਾਤਰਾਂ ਦੇ ਵਿੱਚ ਜਿਹੜੇ 11 ਕਿੱਲਿਆਂ ਵਾਲੀ ਮੰਡੀ ਹੈ, 12 ਜਨਵਰੀ ਦਿਨ ਸ਼ੁੱਕਰਵਾਰ ਨੂੰ ਉੱਥੇ ਕਬੱਡੀ ਦਾ ਜਿਹੜਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਕਿ ਜਿਹੜੀਆਂ ਵੱਡੀਆਂ ਟੀਮਾਂ ਉਹ ਇਸ ਖੇਡ ਦੇ ਵਿੱਚ ਭਾਗ ਲੈਣਗੀਆਂ। ਇਹ ਇਹੀ ਦੇਖ ਕੇ ਕਰਵਾਇਆ ਜਾ ਰਿਹਾ ਕਿ ਪਿਛਲੀਆਂ ਸਰਕਾਰਾਂ ਦੇ ਦਰਮਿਆਨ, ਕਿਉਂਕਿ ਨਸ਼ੇ ਦਾ ਜਿਹੜਾ ਗਰੁੱਪ ਸੀਗਾ ਬੜੇ ਵੱਡੇ ਪੱਧਰ 'ਤੇ ਜਿਹੜਾ ਉਹ ਵੱਧਦਾ ਜਾ ਰਿਹਾ ਸੀਗਾ, ਔਰ ਨੌਜਵਾਨਾਂ ਨੂੰ ਇੱਕ ਚੰਗੇ ਰਸਤੇ ਪਾਉਣ ਦੇ ਲਈ, ਚੰਗੀ ਸੇਧ ਦੇਣ ਦੇ ਲਈ ਇੱਕੋ ਹੀ ਰਸਤਾ ਹੈਗਾ ਕਿ ਉਹਨਾਂ ਨੂੰ ਜੇ ਗੇਮਾਂ ਵੱਲ ਪਾਇਆ ਜਾਵੇ ਤਾਂ ਬੱਚਿਆਂ ਦਾ ਜਿਹੜਾ ਰੁਝਾਨ ਹੈਗਾ ਉਹ ਗੇਮਾਂ ਵੱਲ ਹੋਏਗਾ ਨਸ਼ੇ ਨੂੰ ਛੱਡ ਕੇ। ਕਿਉਂਕਿ ਆਪਾਂ ਦੇਖਦੇ ਰਹੇ ਹਾਂ ਪੰਜਾਬ ਦੇ ਹਾਲਾਤ ਕੀ ਹੋ ਗਏ ਸੀਗੇ, ਨੌਜਵਾਨ ਮੁੰਡੇ ਇਕਲੌਤੇ ਪੁੱਤ ਮਾਵਾਂ ਦੇ ਨਸ਼ੇ ਦੀ ਭੇਟ ਦੇ ਵਿੱਚ ਆ ਕੇ ਉਹ ਆਪਣੀ ਜਵਾਨੀ ਖਤਮ ਕਰ ਲਈ। ਤਾਂ ਸੋ ਇਹਨਾਂ ਚੀਜ਼ਾਂ ਨੂੰ ਦੇਖਦਿਆਂ ਹੋਇਆਂ ਕਬੱਡੀ ਕੱਪ ਕਰਾ ਰਹੇ ਹਾਂ ਜੀ, ਔਰ ਮੈਂ ਤੁਹਾਡੇ ਕੈਮਰੇ ਦੇ ਜ਼ਰੀਏ ਇੱਕ ਬੇਨਤੀ ਕਰਦਾ ਹਲਕਾ ਨਿਵਾਸੀਆਂ ਨੂੰ ਔਰ ਹਲਕਾ ਸ਼ਤਰਾਣਾ ਦੇ ਹਰ ਉਸ ਨੌਜਵਾਨ ਸਾਥੀ ਨੂੰ, ਭੈਣ ਨੂੰ ਔਰ ਬਜ਼ੁਰਗਾਂ ਨੂੰ ਕਿ ਜਿਹੜੇ ਖੇਡ ਨੂੰ ਪਿਆਰ ਕਰਦੇ ਨੇ, ਕਬੱਡੀ ਨੂੰ ਪਿਆਰ ਕਰਦੇ ਨੇ, ਉਹ ਹੁੰਮਾ ਕੇ ਆਪਣੇ 12 ਜਨਵਰੀ ਨੂੰ ਦਿਨ ਸ਼ੁੱਕਰਵਾਰ ਨੂੰ ਪਾਤਰਾਂ ਦੀ 11 ਏਕੜ ਵਾਲੀ 11 ਕਿੱਲੇ ਵਾਲੀ